ਹਾਂਜੀ ਜੀ ਸਾਹਿਬ ਸਾਹਿਬ ਅੱਜ ਕੀ ਬਣਾ ਰਹੇ ਹੋ ਪੇੜੇ ਜੀ? ਬਿਸਮਿਲ੍ਲਾਹਿ ਰਹਿਮਾਨ ਰਹੀਮ, ਅਸਲਾਮੁ ਅਲੈਕੁਮ ਵ ਰਹਿਮਤੁਲ੍ਲਾਹ ਕਾ ਜ਼ਿਕਰ। ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਕਾ ਜ਼ਿਕਰ ਹਮੇਸ਼ਾ ਬੁਲੰਦ ਰਹੇ ਔਰ ਦਿਲੋਂ ਕਾ ਸਕੂਨ ਅੱਲਾਹ ਤਾਲਾ ਕੇ ਜ਼ਿਕਰ ਮੇਂ ਹੈ। ਆਜ ਜਨਾਬ ਹਮ ਲੋਗ ਬਣਾ ਰਹੇ ਹੈ ਚਿਕਨ ਜਿੰਜਰ ਬੋਨਲੈਸ, ਔਰ ਆਜ ਆਪਕੋ ਬੋਨਲੈਸ ਜੋ ਹੈ ਨਾ ਵੋ ਉਸਕੀ ਰੈਸਪੀ ਆਪਕੋ ਬਤਾਏਂਗੇ, ਔਰ ਜੋ ਹਮਾਰੀ ਡੀਲ ਹੈ 290 ਵਾਲੀ ਵੋ ਉਸਮੇਂ ਆਜ ਚਲਾਏਂਗੇ। ਤੋ ਸਬਸੇ ਪਹਿਲੇ ਹਮਨੇ ਇਸਮੇਂ ਡਾਲ ਦੀਆ ਆਇਲ, 2 ਲੀਟਰ ਆਇਲ ਡਾਲਾ ਹੈ, ਔਰ ਇਸਮੇਂ ਹਮ ਲੋਗ ਡਾਲੇਂਗੇ 15 ਕਿਲੋ ਬੋਨਲੈਸ ਚਿਕਨ ਜੋ ਕਿ ਲੰਬਾ ਲੰਬਾ ਫਿੰਗਰ ਕਟਿੰਗ ਮੇਂ ਹੈ ਵੋ ਡਾਲੇਂਗੇ। ਚਿਕਨ ਡਾਲਨੇ ਕੇ ਸਾਥ ਹੀ ਹਮ ਲੋਗ ਜੋ ਹੈ ਨਾ ਇਸਮੇਂ ਨਮਕ ਐਡ ਕਰੇਂਗੇ, ਤਾਂ ਕਿ ਇਹ ਹੈ ਕਿ ਮਤਲਬ ਚਿਕਨ ਜੋ ਹੈ ਨਾ ਇਹ ਸਾਈਡੋਂ ਪਰ ਲਗੇ ਨਾ। ਅੱਛਾ ਜੀ, ਨਮਕ ਹਮ ਲੋਗ ਡਾਲੇਂਗੇ 10 ਚਮਚ। ਇਸ ਤੋਂ ਬਾਅਦ ਜਨਾਬ ਇੱਕ ਇੱਕ ਪਾ ਅਦਰਕ ਅਤੇ ਲਸਣ ਪਾਵਾਂਗੇ। 15 ਕਿਲੋ ਚਿਕਨ ਨੇ, 2 ਲੀਟਰ ਆਇਲ ਪਾਇਆ, ਉਸ ਤੋਂ ਬਾਅਦ ਅਦਰਕ ਲਸਣ ਪਾ ਕੇ ਅਤੇ ਇਹਨੂੰ ਜਿਹੜਾ ਨਾ 5-7 ਮਿੰਟ ਅਸੀਂ ਚੰਗੀ ਤਰ੍ਹਾਂ ਭੁੰਨਾ ਲਓ, ਅਤੇ ਨਾਲ ਹੀ ਅਸੀਂ ਜਿਹੜਾ ਨਾ ਲਾਲ ਮਿਰਚ ਅਤੇ ਹਲਦੀ ਵੀ ਐਡ ਕਰ ਦਿੰਦੇ ਹਾਂ। ਅੱਛਾ ਜੀ, 10 ਚਮਚ ਅੱਗੇ ਨਮਕ ਦੇ ਪਾਏ ਸਨ, 10 ਚਮਚ ਹੀ ਲਾਲ ਮਿਰਚ ਦੇ ਪਾਵਾਂਗੇ ਔਰ 10 ਚਮਚ ਹੀ ਹਲਦੀ ਦੇ ਪਾਵਾਂਗੇ। ਤੁਸੀਂ ਰੈਸਪੀ ਨੂੰ ਆਪਣੇ ਹਿਸਾਬ ਦੇ ਨਾਲ ਕੈਲਕੂਲੇਟ ਕਰ ਸਕਦੇ ਹੋ। ਤੁਸੀਂ ਅਗਰ 1-2 ਕਿਲੋ ਬਣਾਉਣੀ ਹੈ ਤਾਂ ਉਸ ਹਿਸਾਬ ਦੇ ਨਾਲ ਪਲੱਸ ਮਾਈਨਸ ਕਰ ਲਿਆ ਜੇ। 5 ਚਮਚੇ ਪਾਤੇ ਨੇ, 6, 7, 8, 9, 10 ਚਮਚ ਹਲਦੀ ਦੇ ਆ ਜਾਂਦੇ ਸਾਡੇ। 1, 2, 3, 4, 5, 6, 7, 8, 9, 10 ਸਭ ਇਸ ਤੋਂ ਬਾਅਦ ਕੀ ਐਡ ਹੋਣ ਕਰਨਾ ਜੇ? ਅੱਛਾ ਜੀ, ਚਿਕਨ ਆਇਲ ਦੇ ਵਿੱਚ ਪਾ ਕੇ ਅਤੇ 10 ਚਮਚ ਨਮਕ ਦੇ ਲਾ ਕੇ ਅਸੀਂ ਇਹਨੂੰ ਅੱਛੀ ਤਰ੍ਹਾਂ ਭੁੰਨ ਲਿਆ, ਨਾਲ ਹੀ ਅਸੀਂ ਲਾਲ ਮਿਰਚ ਅਤੇ ਹਲਦੀ ਐਡ ਕਰ ਦਿੱਤੀ, ਉਹ ਲਾ ਕੇ ਫਿਰ ਅਸੀਂ ਇਹਨੂੰ ਜਿਹੜਾ ਨਾ 5-6 ਮਿੰਟ ਅੱਛੀ ਤਰ੍ਹਾਂ ਭੁੰਨ ਲਿਆ। ਉਸ ਤੋਂ ਬਾਅਦ ਅਸੀਂ ਇਹ 3 ਕਿਲੋ ਗ੍ਰਾਇੰਡ ਕੀਤੇ ਹੋਏ ਟਮਾਟਰ ਪਾਵਾਂਗੇ ਵਿੱਚ, 3 ਕਿਲੋ ਟਮਾਟਰ ਲੈ ਲੈਣੇ, ਹਲਕਾ ਜਿਹਾ ਪਾਣੀ ਪਾ ਕੇ ਉਹਨਾਂ ਨੂੰ ਗ੍ਰਾਇੰਡ ਕਰ ਦਿੱਤਾ। ਅੱਛਾ ਜੀ, ਉਸ ਤੋਂ ਬਾਅਦ ਜਿਹੜਾ ਨਾ 3 ਕਿਲੋ ਆਪਣਾ ਪਿਆਜ਼ ਨੂੰ ਬਰਾਊਨ ਕਰ ਲੈਣਾ, ਉਹਦੇ 'ਚ 3 ਕਿਲੋ ਦਹੀਂ ਪਾ ਲੈਣਾ, ਉਹਨੂੰ ਗ੍ਰਾਇੰਡ ਕਰ ਲੈਣਾ, ਉਹ ਵੀ ਤੁਸੀਂ ਇਹਦੇ ਵਿੱਚ ਪਾ ਦੇਣਾ। ਅੱਛਾ, ਇਹ 2 ਤਰੀਕੇ ਨੇ ਬਣਾਉਣ ਦੇ ਚਿਕਨ ਜਿੰਜਰ ਨਾਲ। ਇੱਕ ਤਾਂ ਇਹ ਵੇ ਕਿ ਗ੍ਰੇਵੀ ਤੁਸੀਂ ਪਹਿਲਾਂ ਬਣਾ ਲਵੋ ਅਤੇ ਫਿਰ ਉਹਦੇ 'ਚ ਚਿਕਨ ਪਾ ਕੇ ਉਹਨੂੰ ਪਕਾਓ। ਇੱਕ ਇਹ ਵੇ ਕਿ ਸਾਨੂੰ ਚੁੱਕੇ ਇੱਥੇ ਅਸੀਂ ਜਲਦੀ ਖਾਣਾ ਤਿਆਰ ਕਰਨਾ ਹੁੰਦਾ 15-20 ਮਿੰਟਾਂ 'ਚ, ਇਸ ਲਈ ਅਸੀਂ ਉਹ ਪੈਟਰਨ ਯੂਜ਼ ਕਰਦੇ ਹਾਂ ਕਿ ਜਿਹਦੇ 'ਚ ਖਾਣਾ ਸਾਡਾ ਜਲਦ ਤੋਂ ਜਲਦ ਤਿਆਰ ਹੋ ਜਾਵੇ, ਅਤੇ ਲਿਹਾਜ਼ਾ ਤੁਸੀਂ ਆਪਣੇ ਤਰੀਕੇ ਦੇ ਨਾਲ ਇਹਨੂੰ ਮੈਨੇਜ ਕਰ ਸਕਦੇ ਹੋ। ਉਹਦੇ ਲਈ ਇਹ ਵੇ ਕਿ ਪਹਿਲਾਂ ਪਿਆਜ਼ ਬਰਾਊਨ ਕਰ ਲਵੋ, ਉਹਦੇ ਵਿੱਚ ਦਹੀਂ ਅਦਰਕ ਲਸਣ ਟਮਾਟਰ ਪਾ ਕੇ ਉਹਨੂੰ ਗ੍ਰਾਇੰਡ ਕਰ ਲਵੋ, 2 ਲੀਟਰ ਆਇਲ ਪਾਓ ਜਾਂ ਜਿੰਨਾ ਤੁਸੀਂ ਚਿਕਨ ਬਣਾਇਆ ਉਹਨਾਂ ਆਇਲ ਪਾਓ, ਉਹਨੂੰ ਗ੍ਰੇਵੀ ਨੂੰ ਅੱਛੀ ਤਰ੍ਹਾਂ ਨਮਕ ਮਿਰਚ ਹਲਦੀ ਪਾ ਕੇ ਭੁੰਨ ਲਵੋ, ਫਿਰ ਉਹ 'ਚ ਚਿਕਨ ਪਾ ਕੇ ਉਹਨੂੰ ਭੁੰਨੋ। ਲੇਕਿਨ ਇੱਥੇ ਚੁੱਕੇ ਸਾਨੂੰ ਥੋੜ੍ਹੀ ਜਲਦੀ ਹੁੰਦੀ ਹੈ, ਇੱਥੇ ਅਸੀਂ ਜਲਦੀ ਖਾਣਾ ਤਿਆਰ ਕਰਨਾ ਹੁੰਦਾ, ਆਫਿਸਿਸ ਨੇ, ਕੰਪਨੀਆਂ ਨੇ, ਲੋਕ ਉਹ ਆ ਜਾਂਦੇ ਨੇ ਡੀਲਾਂ ਲੈਣ ਲਈ, ਅਤੇ ਲਿਹਾਜ਼ਾ ਅਸੀਂ ਇੱਥੇ ਜਲਦੀ ਤਿਆਰ ਕਰਨਾ ਹੁੰਦਾ, ਇਸ ਲਈ ਅਸੀਂ ਉਹ ਪੈਟਰਨ ਯੂਜ਼ ਕਰਦੇ ਹਾਂ ਕਿ ਜਿਹਦੇ ਜਲਦ ਤੋਂ ਜਲਦ ਖਾਣਾ ਤਿਆਰ ਹੋ ਜਾਵੇ।
ਜੀ ਸ਼ਾਹ ਸਾਹਿਬ ਬਣਾਈ ਤੇ ਹੋ ਗਈ ਆ ਵਾਹ ਜੀ, ਉਸ ਤੋਂ ਬਾਅਦ ਕੀ ਬਣਨ ਲੱਗੇ ਜੀ? ਉਸ ਤੋਂ ਬਾਅਦ ਜਨਾਬ ਇਹ ਪਾਵਾਂਗੇ 2 ਡੱਬੇ ਦੁੱਧ, ਖੋਲੋ ਜੀ ਪਰੋਸਾ ਪਾਓ। ਹੈਲੋ ਸਰ, ਹਾਂ ਇੱਕ ਡੱਬਾ ਆ ਗਿਆ, ਹੁਣ ਦੂਸਰਾ ਡੱਬਾ ਆਉਣ ਲੱਗਾ ਦੁੱਧ ਦਾ। ਅਦਰਕ ਪਾ ਦਿਆਂਗੇ ਵਿੱਚ, ਅਦਰਕ ਜਿਹੜਾ ਨਾ ਕਮ ਸੇ ਕਮ ਤੁਸੀਂ 1 ਕਿਲੋ ਇਸ ਤਰ੍ਹਾਂ ਚੂਰੀਅਨ ਕਟਿੰਗ ਦੇ ਵਿੱਚ ਪਾਉਣਾ। ਉਸ ਤੋਂ ਬਾਅਦ ਸਬਜ਼ ਮਿਰਚਾਂ 1 ਕਿਲੋ ਤੁਸੀਂ ਇਸ ਤਰ੍ਹਾਂ ਲੰਬੀਆਂ ਲੰਬੀਆਂ ਕੱਟੀਆਂ ਹੋਈਆਂ ਚੂਰੀਅਨ ਕਟਿੰਗ 'ਚ ਪਾਉਣੀ। ਉਸ ਤੋਂ ਬਾਅਦ ਧਨੀਆ, ਧਨੀਆ ਇਨਸ਼ਾਅੱਲਾ ਤਾਲਾ ਐਂਡ ਦੇ ਉੱਤੇ ਪਾ ਕੇ ਅਤੇ ਤੁਹਾਨੂੰ ਇਹਦੀ ਫਾਈਨਲ ਪ੍ਰੈਜੈਂਟੇਸ਼ਨ ਇਨਸ਼ਾਅੱਲਾ। ਸਾਡਾ ਤਕਰੀਬਨ ਫਾਈਨਲ ਹੋ ਗਿਆ ਅਤੇ ਇਹ ਧਨੀਆ ਪਾ ਕੇ ਅਤੇ ਅਸੀਂ ਇਹਨੂੰ ਓਪਨ ਕਰ